ਸਤਿੰਦਰਵੀਰ ਸਿੰਘ ਕੀ ਜੇ ਕਾਰਨ ਜਿਹੜਾ ਤੁਹਾਡੇ ਤੇ ਹਮਲਾ ਆਇਆ ਤੁਹਾਡੇ ਰੈਸਟੋਰੈਂਟ ਤੇ ਤੁਹਾਡੇ ਛੱਡਾ ਮਾਰੇ ਕੁਛ ਨਹੀਂ ਉਹ ਆਏ ਸੀਗੇ ਅਣਪਛਾਤੇ ਬੰਦੇ ਹੈਗੇ ਸੀਗੇ ਚਾਰ ਪੰਜ ਜਾਣੇ ਸੀਗੇ ਉਹਨਾਂ ਨੇ ਸਭ ਤੋਂ ਪਹਿਲਾਂ ਮੇਰਾ ਸਟਾਫ ਦਾ ਮੁੰਡਾ ਜਿਹੜਾ ਉੱਥੇ ਰਹਿੰਦਾ ਪੱਖਾ 24 ਘੰਟੇ ਮੇਨਟੇਨ ਕਰਦਾ ਪ੍ਰੋਪਰਟੀ ਨੂੰ ਪਹਿਲਾਂ ਤਾਂ ਉਹਨੂੰ ਉਹਨਾਂ ਨੇ ਕੁੱਟਿਆ ਅਤੇ ਫਿਰ ਉਹਨੂੰ ਆਪਣਾ ਅਗਵਾਹ ਕਰਕੇ ਲੈ ਚੱਲੇ ਸੀਗੇ ਅਤੇ ਮੈਂ ਅੰਦਰ ਕੈਸ਼ ਕੁਸ਼ ਕਲੈਕਟ ਕਰਦਾ ਪਿਆ ਹਾਂ ਅਤੇ ਮੈਨੂੰ ਇੱਕਦਮ ਆਵਾਜ਼ ਆਈ ਵੀ ਬਾਹਰ ਪੀਏ ਰੋਲਾ ਪੈਂਦਾ ਪਿਆ ਵਾ ਅਤੇ ਮੈਂ ਡਰ ਗਿਆ ਮੈਂ ਕਿਹਾ ਪਤਾ ਨਹੀਂ ਕੀ ਗੱਲ ਹੋਈ ਹੈ ਅਤੇ ਬਾਹਰ ਜਾ ਕੇ ਵੇਖਿਆ ਤਾਂ ਉਹਨੂੰ ਮਾਰ ਕੁੱਟ ਕੇ ਅਤੇ ਗੱਡੀ ਬਿਠਾਉਣ ਦੀ ਕੋਸ਼ਿਸ਼ ਕਰਦੇ ਪਏ ਸੀਗੇ ਅਤੇ ਫਿਰ ਮੈਂ ਉਹਨੂੰ ਜਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹਨੂੰ ਮੈਂ ਫੜ ਕੇ ਅੰਦਰ ਵੀ ਕੀਤਾ ਮੁੰਡੇ ਨੂੰ ਅਤੇ ਸ਼ਟਰ ਡਾਊਨ ਕਰ ਲਿੱਤਾ ਫਿਰ ਉਸ ਤੋਂ ਬਾਅਦ 'ਚ ਉਹਨਾਂ ਨੇ ਸ਼ਟਰ ਸ਼ੁਟਰ ਚੰਗੀ ਤਰ੍ਹਾਂ ਭੰਨਿਆ ਅਤੇ ਸ਼ਟਰ ਚੁੱਕ ਲਿੱਤਾ ਚੁੱਕ ਲਿੱਤਾ ਅਤੇ ਮੈਂ ਬਾਹਰ ਗਿਆ ਅਤੇ ਮੈਂ ਪੁੱਛਿਆ ਕਿ ਕਾਰਨ ਕੀ ਹੈ ਵੀ ਤੁਸੀਂ ਕਿਉਂ ਕਰਦੇ ਪਏ ਜੇ ਇਸ ਤਰ੍ਹਾਂ ਤੰਗ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਨਸ਼ਾ ਨੁਸ਼ਾ ਕੀਤਾ ਹੋਇਆ ਸੀਗਾ ਅਤੇ ਉਹਨਾਂ ਨੇ ਤਾਂ ਸਭ ਤੋਂ ਪਹਿਲਾਂ ਮੁੰਡੇ ਨੂੰ ਧੋਇਆ ਬਾਹਰ ਅਤੇ ਉਹਨੂੰ ਮੈਂ ਮੁੰਡੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਬਾਹਰ ਗਿਆ ਅਤੇ ਉਹਨਾਂ ਨੇ ਫਿਰ ਮੁੜ ਕੇ ਮੇਰੇ 'ਤੇ ਵੀ ਹਮਲਾ ਕੀਤਾ ਜਾਨਲੇਵਾ ਹਮਲਾ ਕੀਤਾ ਵਾ ਸਿਰ 'ਤੇ ਮੇਰੀ ਕੋਈ ਤਿੱਖੀ ਚੀਜ਼ ਮਾਰੀ ਆ ਅਤੇ ਉਨੀ ਦੇਰ ਨੂੰ ਪਤਾ ਨਹੀਂ ਲੱਗਾ ਅਤੇ ਸਾਰੇ ਬੰਦੇ ਫਿਰ ਉਸ ਤੋਂ ਬਾਅਦ 'ਚੋਂ ਕਾਫੀ ਮਤਲਬ ਉਹਨਾਂ ਨੇ ਮੇਰੇ 'ਤੇ ਹਮਲਾ ਹਮਲਾ ਕੀਤਾ ਕੁਛ ਨਹੀਂ ਮੈਂ ਤਨਖਾਹ ਲੈ ਕੇ ਆਇਆ ਸੀਗਾ ਮੁੰਡਿਆਂ ਨੂੰ ਸੈਲਰੀ ਵਗੈਰਾ ਪੇ ਕਰਨੀ ਸੀਗੀ ਉਹ ਲਿਆਂਦੀ ਸੀਗੀ ਅਤੇ ਬਾਕੀ ਸੇਲ ਹੈਗੀ ਸੀਗੀ ਮੇਰੀ 18 ਵੀ ਮਤਲਬ ਪਤਾ ਨਹੀਂ ਮੈਨੂੰ ਹੁਣ ਇਹ ਤਾਂ ਪੁਲਿਸ ਕਾਰਵਾਈ ਕਰੂਗੀ ਅਤੇ ਤਾਂ ਹੀ ਪਤਾ ਲੱਗੂਗਾ ਵੀ ਕੀ ਇਹਨਾਂ ਦੀ ਹੈਗਾ ਇਹ ਮਨਸ਼ਾ ਸੀਗੀ ਵੀ ਉਸ ਤੋਂ ਬਾਅਦ 'ਚੋਂ ਇਹਨਾਂ ਨੇ ਮੇਰੇ ਕੋਲ ਪਹਿਲਾਂ ਸਨੈਚਿੰਗ ਕੀਤੀ ਪੈਸੇ ਪੂਏ ਸਾਰੇ ਖੋਲ ਲਿੱਤੇ ਮੈਨੂੰ ਉੱਧਰੋਂ ਧੂ ਕੇ ਬਾਹਰ ਲੈ ਕੇ ਗਏ ਆ ਅਤੇ ਉੱਧਰ ਡ੍ਰਿਲੀਅਮ ਤੋਂ ਲੱਗ ਗਏ ਇਹਨਾਂ ਨੂੰ ਮੇਰੇ ਹਿਸਾਬ ਨਾਲ ਪਤਾ ਸੀਗੀ ਵੀ ਕੈਮਰੇ ਦੀ ਰੇਂਜ ਕਿੰਨੀ ਕੁ ਹੈਗੀ ਆ ਪਹਿਲਾਂ ਮੇਰੇ ਉਹਨਾਂ ਨੇ ਬਾਹਰ ਤੱਕ ਕੀਤੀ ਆ ਚਾਰ ਪੰਜ ਜਾਣੇ ਸੀਗੇ ਇੰਨਾ ਪਤਾ ਨਹੀਂ ਪਹਿਲਾਂ ਇਹਨਾਂ ਕੋਲ ਨਕੀਲੇ ਹਥਿਆਰ ਵੀ ਇਹਨਾਂ ਨੇ ਕੱਢੇ ਆ ਅਤੇ ਫਿਰ ਇਹਨਾਂ ਨੇ ਕੋਈ ਰੋਡਾਂ ਰੂਡਾਂ ਇੰਨਾ ਕੁ ਹੈਗੀਆਂ ਸੀਗੀਆਂ ਉਹ ਵੀ ਇਹਨਾਂ ਨੇ ਉਹਦੇ ਨਾਲ ਵੀ ਮਾਰ ਕੀਤੀ ਮੇਰੇ ਸਾਰੀ ਬਾਡੀ ਭਰੀ ਪਈ ਆ ਜੀ ਸਿਰ ਪਾਟੇ ਪਿਆ ਤਿੰਨ ਥਾਵਾਂ ਤੋਂ ਸਿਰ ਪਾਟੇ ਆ ਸਾਰੀ ਬਾਡੀ 'ਤੇ ਮਤਲਬ ਜ਼ਖਮ ਹੋਏ ਹੋਏ ਆ ਮਤਲਬ ਨੀਲ ਪਏ ਆ ਮੇਰੀ ਸਾਰੀ ਬਾਡੀ 'ਤੇ ਲੱਤਾਂ 'ਤੇ ਬਾਹਾਂ 'ਤੇ ਲੱਕ 'ਤੇ ਅਤੇ ਪੈਸੇ ਮੇਰੇ ਖੋਹ ਕੇ ਲੈ ਗਏ ਆ ਅਤੇ ਪੁਲਿਸ ਨੂੰ ਕੰਪਲੇਂਟ ਕੀਤੀ ਸੀਗੀ ਪੀ ਸੀ ਆਰ ਵੀ ਮੌਕੇ 'ਤੇ ਪਹੁੰਚੀ ਸੀਗੀ ਅਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਮੇਰੇ ਘਰ ਦੇ ਮਤਲਬ ਮੇਰੇ ਜਿਹੜੀ ਹਾਲਚ ਹੈਗਾ ਮੇਰੇ ਘਰ ਦੇ ਮੈਨੂੰ ਵੇਖ ਕੇ ਡਰ ਗਏ ਅਤੇ ਪਹਿਲਾਂ ਤਾਂ ਉਹਨਾਂ ਨੇ ਮੇਰਾ ਟ੍ਰੀਟਮੈਂਟ ਕਰਵਾਉਣ ਦੀ ਸੋਚੀ ਅਤੇ ਉਹਨਾਂ ਨੇ ਸੋਚਿਆ ਵੀ ਪੁਲਿਸ ਤਾਂ ਸਾਹਮਣੇ ਨਾਲ ਹੀ ਹੈਗੀ ਹੈ ਚਾਰ 3-4 ਗੱਡੀਆਂ ਪੁਲਿਸ ਵਾਲਿਆਂ ਦੀਆਂ ਲੱਗੀਆਂ ਸੀਗੀਆਂ ਵੀ ਪੁਲਿਸ ਉਹ ਆਪਣੀ ਕਸਟਡੀ 'ਚ ਲਿਆਊਗੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਆਪਣੀ ਕਸਟਡੀ 'ਚ ਵੀ ਨਹੀਂ ਬੰਦੇ ਲਿੱਤੇ ਬਾਅਦ 'ਚੋਂ ਪਤਾ ਲੱਗਾ ਵੀ ਨਾਂ ਨੂੰ ਲਿਖਾ ਕੇ ਅਤੇ ਉਹਨਾਂ ਨੇ ਬੰਦੇ ਭੇਜ ਦਿੱਤੇ ਵਾਪਸ ਕਰਨ ਮੈਂ ਇਨਸਾਫ ਦੀ ਮੰਗ ਕਰਦਾ ਵਾਂ ਜੀ ਵੀ ਪਹਿਲਾਂ ਸਭ ਤੋਂ ਪਹਿਲਾਂ ਬੰਦੇ ਗ੍ਰਿਫਤਾਰ ਹੋਣ 'ਤੇ ਪਤਾ ਲੱਗੇ ਵੀ ਕੀ ਉਹਨਾਂ ਦੀ ਮਨਸ਼ਾ ਕੀ ਸੀਗੀ ਅਤੇ ਬਾਕੀ ਜੋ ਮੇਰੇ 'ਤੇ ਸੱਟਾਂ ਸੁੱਟਾਂ ਲੱਗੀਆਂ ਵਾ ਅਤੇ ਪੁਲਿਸ ਮੈਨੂੰ ਉਹ ਚੀਜ਼ ਦਾ ਇਨਸਾਫ ਦੇਵੇ ਬਲਜੀਤ ਸਿੰਘ ਕੀ ਜੇ ਕਾਰਨ ਜਿਹੜਾ ਤੁਹਾਡੇ ਬੇਟੇ ਦਾ ਹਮਲਾ ਹੋਇਆ ਕਾਰਨ ਕੋਈ ਨਹੀਂ ਉਹ ਘਰ ਆਉਣ ਲੱਗੇ ਸੀ ਅਤੇ ਟਾਈਮ 11:30 ਦਾ ਟਾਈਮ ਹੋ ਗਿਆ ਸੀ ਅਤੇ ਸਾਫ ਸਾਫ ਚਲ ਗਿਆ ਸੀ ਤੂੰ ਕੋਈ ਮੈਂਬਰ ਉੱਥੇ ਹੈਗਾ ਨਹੀਂ ਕੋਈ ਇੱਕ ਸਾਡਾ ਪੁਰਾਣਾ ਬੰਦਾ ਲੱਗਾ ਇੱਕ ਸੈਪ ਛੋੜਾ ਛੁੜਾਇਆ ਉਹ ਬੈਠਾ ਸੀ ਉਹਨੂੰ ਧੂਏ ਕਹਿੰਦੇ ਵੀ ਬਾਹਰ ਨਿਕਲੋ ਇਹ ਅਤੇ ਉਹ ਕਹਿੰਦਾ ਕੀ ਕੰਮ ਕੀ ਦੱਸੋ ਮੈਨੂੰ ਕਹਿੰਦਾ ਤੂੰ ਖਾਲੀ ਕਰ ਤੂੰ ਭੱਜ ਤੂੰ ਇੱਦਾਂ ਲੱਗਾ ਕਿਉਂ ਡਿੱਗਿਆ ਮੈਂ ਬਾਕੀ ਸਾਰੇ ਬੰਦੇ ਮੈਂ ਕੱਢਦਾ ਤੂੰ ਕੋਈ ਨਿਕਲਦਾ ਤੂੰ ਕਹਿੰਦਾ ਬਾਕੀ ਸਾਰੇ ਬੰਦੇ ਘਟਾਤੇ ਸੀ ਤੁਹਾਡੇ ਨਾਲ ਤੂੰ ਕੋਈ ਨਿਕਲਦਾ ਖਾਲੀ ਕਰ ਇੱਥੋਂ ਆ ਬਾਰ ਖਾਲੀ ਕਰੋ ਤੁਸੀਂ ਭੈਣ ਗੰਦ ਪਾਇਆ ਇੱਥੇ ਪਤਾ ਵਪਾਰ ਲੈ ਕੇ ਜਾਂ ਕਿਹਾ ਜਾਂ ਸਾਡੇ ਮਾਲਕ ਲੱਗਾ ਸਾਡੇ ਕੇਸ ਅੱਗੇ ਕੀਤਾ ਨਾ ਸਾਡੇ ਕੋਈ ਪਛਾਣ ਨਹੀਂ ਪਤਾ ਨਹੀਂ ਸਾਨੂੰ ਪਤਾ ਨਹੀਂ ਪੁਲਿਸ ਨੂੰ ਪਤਾ ਅਤੇ ਸਾਨੂੰ ਤਾਂ ਕਹਿੰਦੇ ਸਾਨੂੰ ਮਾਲਕ ਨਾਲ ਸਾਡੀ ਗੱਲਬਾਤ ਹੈਗੀ ਆ ਚਾਹੇ ਉਹਨੇ ਮਾਲਕ ਨੇ ਕੀਤਾ ਸਾਨੂੰ ਨਹੀਂ ਪਤਾ ਕੀ ਕਿੰਨੇ ਕੀਤਾ ਜੀ ਸਾਡੇ ਨਾਲ ਬੜਾ ਕੀਤਾ ਉਹਨੇ ਬਹੁਤ ਧੋਖਾ ਕੀਤਾ ਬਹੁਤ ਬਹੁਤ ਧੋਖਾ ਸੱਟਾਂ ਲੱਗੀਆਂ ਹੋਈਆਂ ਅਤੇ ਮੈਂ ਬਿਆਨ ਨਹੀਂ ਕਰ ਸਕਦਾ ਜਿੰਨੀ ਸੱਟਾਂ ਮੈਂ ਬੱਚਿਆਂ ਨੂੰ ਲਾਈਆਂ ਇਹਨਾਂ ਨੇ ਪ੍ਰਸ਼ਾਸਨ ਨੂੰ ਮੰਗ ਕਰਦਾ ਬੱਚਿਆਂ ਨੂੰ ਜੋ ਕੀਤਾ ਬਹੁਤ ਸੱਟਾਂ ਲਾਈਆਂ ਪਏ ਖੋਲ੍ਹੇ ਸਾਡੀ ਬੜੀ ਬੇਨਤੀ ਕੀਤੀ ਇਹਨਾਂ ਭੈਣ ਚਲੋ ਬਹੁਤ ਜ਼ਿਆਦਾ ਨੁਕਸਾਨ ਕੀਤਾ ਪ੍ਰਸ਼ਾਸਨ ਸਾਨੂੰ ਇਨਸਾਫ ਚਾਹੀਦਾ ਬੱਚਿਆਂ ਸੱਟਾਂ ਬਹੁਤ ਲਾਤੀਆਂ ਸਾਨੂੰ ਨਜਾਇਜ਼ ਤੰਗ ਕਰਦੇ ਪਏ ਪ੍ਰੋਪਰਟੀ ਦਾ ਲੱਗੇ ਹਾਂਜੀ ਪੁਲਿਸ ਨੂੰ ਸ਼ਿਕਾਇਤ ਕੀਤੀ ਆ ਅਸੀਂ ਪੁਲਿਸ ਇਹ ਆਪਣਾ ਚੌਂਕੀ ਪੈਜਪੁਰਾ ਚੌਂਕੀ 'ਤੇ ਕੀਤੀ ਸ਼ਿਕਾਇਤ ਹੋਈ ਆ ਮਿਸਟਰ ਰੋਡ ਥਾਣਾ ਹੈਗਾ ਉੱਥੇ ਕੀਤੀ ਆ ਅਤੇ ਸਾਨੂੰ ਤੰਗ ਕਰਦੇ ਪਈ ਜਾਣ ਕੇ ਆਪਣਾ ਮਾਲਕ ਵੀ ਤੰਗ ਕਰਦਾ ਸ਼ਾਇਦ ਉਹਦੀ ਸ਼ਰਾਰਤ ਨਾ ਹੋਵੇ ਸਾਡੇ ਕੰਮ ਹੀ ਬੰਦ ਪਿਆ ਤਾਂ ਸਾਡੇ ਆਉਣ ਦਾ ਕੋਈ ਫਾਇਦਾ ਨਹੀਂ ਕਿਸੇ ਨੂੰ ਸਾਡੇ ਸਾਰੇ ਸ਼ਟਰ ਬੰਦ ਜਾਂ ਛੋਟਾ ਸ਼ਟਰ ਖੁੱਲ੍ਹਾ ਅਸੀਂ ਘਰ ਚੱਲੇ ਹਾਂ ਨਾ ਤਾਂ ਸਾਡਾ ਕੋਈ ਉੱਥੇ ਕੰਮ ਚੱਲਦਾ ਪਿਆ ਜਿਹੜਾ ਸਾਡੇ ਆਣ ਕੇ ਵੀ ਰੋਟੀ ਮੰਗੇ ਕੋਈ ਜਾਂ ਖਾਣ ਮੰਗੇ ਕੰਮ ਤਾਂ ਕੋਈ ਚੱਲਦਾ ਨਹੀਂ ਪਿਆ ਕਹਿੰਦੇ ਕੰਮ ਚੱਲਦਾ ਫਿਰ ਤਾਂ ਬੰਦਾ ਕਹੇ ਵੀ ਨਹੀਂ ਤੁਸੀਂ ਰੋਟੀ ਖਾਣੀ ਆਓ ਖਾਣੀ ਬਿਲਕੁਲ ਬੰਦ ਪਿਆ ਇਹ ਤਾਂ
ਸਾਡੇ 12 ਕੁ ਵਜੇ ਦੀ ਵਾਰ ਦੇ ਬੱਚੇ ਚੱਲੇ ਸੀ ਘਰ ਆਉਣ ਦੇ ਸੀ ਅਤੇ ਇਕੱਲਾ ਬੈਠਾ ਸੀ ਬੇੜਾ ਮੇਰਾ ਇਕੱਲਾ ਸੀ ਅਤੇ ਇੱਕ ਆਪਣਾ ਨੌਕਰੀ ਸਾਹਿਬ ਹੈਗਾ ਜੀ ਦੋ ਜਾਣੇ ਸਿਰਫ ਹੈਗੇ ਜੀ ਦੋਵਾਂ ਸੱਟਾਂ ਬਹੁਤ ਸੱਟਾਂ ਮਾਰੀਆਂ ਜੀ ਬਹੁਤ ਜ਼ਿਆਦਾ ਨੁਕਸਾਨ ਕੀਤਾ ਇਹਨਾਂ ਨਾਲ ਹਾਂ ਸਾਡੇ ਫੋਟੋ ਸਾਹਿਬ ਕੋਲ ਪਈਆਂ ਸੀ ਡੀ ਫੋਰ ਤੁਹਾਨੂੰ ਦੇ ਦਿੰਦੇ ਸਭ ਕੁਝ ਜਿੱਦਾਂ ਤੂੰ ਉਦੋਂ ਖੜਦੇ ਪਏ ਉਹਨੂੰ ਕਹਿੰਦੇ ਨਿਕਲ ਪਾਰਤੇ ਚੁੱਕ ਕੇ ਲੈ ਜਾ ਤੂੰ ਖਾਲੀ ਕਰ ਪਾਰ ਖਾਲੀ ਕਰ ਇਹ ਕੋਈ ਕਹਿੰਦੇ ਨੇ ਪਾਰ ਖਾਲੀ ਕਰ ਪਾਰ ਖਾਲੀ ਕਰ ਚੁੱਕ ਕੇ ਲੈ ਗਏ ਮੁੰਡੇ ਨੂੰ ਬੜਾ ਕੁੱਟਿਆ ਬੜਾ ਮਾਰਿਆ ਜੀ ਤੇਜ਼ ਤਿਆਰ ਆਉਣਾ ਬਹੁਤ ਕੁੱਟਿਆ ਜੀ ਉਹਨੇ ਸਾਹਿਬ ਮੰਗਦੇ ਮੰਗਦੇ ਗੌਰਮੈਂਟ ਕੋਲ ਹਾਂਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਵੀਰ ਹੈ ਸਰ ਹਾਂਜੀ ਕਿੱਥੇ ਕੰਮ ਕਰਦੇ ਬਾਈ ਹੈਡ ਆਊਟ ਮਕਾਨ ਮੋੜਦਾ ਸਰ ਕੀ ਕਰਨ ਹੈ ਜੀ ਜਿਹੜਾ ਤੁਹਾਡੇ ਤੇ ਹਮਲਾ ਕੀਤਾ ਗਿਆ ਸਰ ਹੈਡ ਤਾਂ ਹਮਲਾ ਕੀਤਾ ਤਾਂ ਪਹਿਲੇ ਆਏ ਦੋ ਲੜਕੇ ਆਏ ਠੀਕ ਹੈ ਉਸਕੇ ਬਾਅਦ ਮੈਂ ਉਨਕੋ ਐਂਟਰ ਕਰਕੇ ਮੈਂ ਸ਼ਟਰ ਬੰਦ ਕਰ ਰਹਾ ਥਾ ਵੋ ਪਾਲਟੀ ਬੂਮ ਕਰਨ ਆਏ ਥੇ ਤੋ ਇਤਨੇ ਮੈਂ ਸ਼ਟਰ ਬੰਦ ਕਰਨ ਗਿਆ ਤੋ ਚਾਰ ਪੰਜ ਲੜਕੇ ਬਾਹਰ ਖੜੇ ਥੇ ਉਹਨਾਂ ਨੇ ਪੁੱਛਿਆ ਇੰਨਾ ਪੁੱਛਿਆ ਕੁਛ ਮਿਲੇਗਾ ਮੈਨੇ ਸਰ ਉਹ ਤਾਂ ਕਲੋਜਿੰਗ ਹੋ ਚੁੱਕਾ ਹੈ ਬੰਦ ਹੋ ਚੁੱਕਾ ਹੈ ਅਬ ਕੁਛ ਨਹੀਂ ਹੈ ਕਥਾ ਵੀ ਤਾਂ ਗਏ ਮੈਨੇ ਕਿਹਾ ਸਰ ਉਹ ਬੁਕਿੰਗ ਕੇ ਲਿਆ ਆਏ ਅਬ ਕੁਛ ਨਹੀਂ ਹੋ ਸਕਦਾ ਇਸ ਸਮੇਂ ਬੰਦ ਹੋ ਰਹਾ ਹੈ ਤੋ ਇਤਨੇ ਮੈਂ ਜੋ ਗੱਡੀ ਮੈਂ ਬੈਠਾ ਉਹ ਲੜਕਾ ਉਸਨੇ ਗੱਲ ਗੁਲ ਜਾੜ ਲਈ ਮੇਰੇ ਕੋਲ ਨਾਲ ਮੈਂ ਐਸੇ ਮਾਂ ਬਾਪ ਗੱਲ ਜੜ ਕੇ ਮੇਰੇ ਕੋਲ ਮਤਲਬ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀ ਉਸਨੇ ਮੇਰੇ ਕੋਲ ਖਿੱਚ ਕੇ ਵੀ ਲੈ ਕੇ ਬਾਹਰ ਆਏ ਕਰੇ ਸਾਲ ਕਰੋ ਇਹ ਖਾਲੀ ਕਰੋ ਇਹ ਕਰੋ ਪਤਾ ਨਹੀਂ ਕਿਆ ਕਿਆ ਖਾਲੀ ਕਰਾ ਰਹੇ ਰੈਸਟੋਰੈਂਟ ਕਰਾ ਰਹੇ ਤਾਂ ਪਤਾ ਨਹੀਂ ਕਿਆ ਕਰਾ ਰਹੇ ਥੇ ਜੇ ਮੇਰੇ ਕੋਲ ਮੈਂ ਤਾਂ ਪਹਿਲੇ ਮਜ਼ਾਕ ਦੀ ਬਾਤ ਸਮਝ ਰਿਹਾ ਥਾ ਫਿਰ ਉਹ ਆ ਗਏ ਮੇਰੇ ਕੋਲ ਚੁੱਕ ਕੇ ਲੈ ਗਏ ਕਿੰਨੇ ਬੰਦੇ ਥੇ ਫੋਟੋ ਉਹ ਚਾਰ ਪੰਜ ਲੜਕੇ ਥੇ ਅੱਛਾ ਜੀ ਹਾਂ ਚਾਰ ਪੰਜ ਮੇਰੇ ਕੋਲ ਲੈ ਕੇ ਉਹਨੇ ਗੱਡੀ ਮੇ ਬਿਠਾ ਲਿਆ ਹਾਂ ਫਿਰ ਸਰ ਆਏ ਮੇਰੇ ਜੋ ਮਾਲਿਕ ਹੈ ਉਹ ਆਏ ਉਹਨਾਂ ਨੇ ਮੇਰੇ ਕੋਲ ਛੁੜਾਇਆ ਉਸਕੇ ਬਾਅਦ ਮੈਂ ਅੰਦਰ ਆਇਆ ਮੇਰੇ ਕੋਲ ਉਹਨਾਂ ਨੇ ਮਾਰਾ ਵੀ ਹੈ ਫਿਰ ਮੇਰੇ ਬਾਅਦ ਮੇਰੇ ਸਰ ਮੇ ਸੱਟ ਲੱਗੀ ਹੈ ਉਸਕੇ ਬਾਅਦ ਮੇਰੇ ਸਰ ਕੋ ਵੀ ਸੱਟ ਲੱਗੀ ਉਹਨਾਂ ਨੇ ਚਾਰ ਪੰਜ ਬੰਦੇ ਥੇ ਉਨਕੇ ਸਾਥ ਵੀ ਮੇਰੇ ਕੋ ਪਹਿਲੇ ਬੰਦ ਕਰ ਦਿਆ ਅੰਦਰ ਪਹਿਲੇ ਮੇਰੇ ਕੋ ਮਾਰਾ ਕੁੱਟਾ ਮੇਰੇ ਸਰ ਮੇ ਵੀ ਚੋਟ ਆਈ ਹੋਈ ਹੈ ਪੱਟੀ ਕਰਾ ਰੱਖੀ ਹੈ ਮੈਨੇ ਹਾਂ ਫਿਰ ਮੇਰੇ ਕੋ ਸੈਟਰ ਅੰਦਰ ਕਰਕੇ ਸੈਟਰ ਬਾਹਰ ਬੰਦ ਕਰੇ ਫਿਰ ਮੇਰੇ ਮਾਲਿਕ ਕੇ ਪਿੱਛੇ ਪੜੇ ਉਹ ਮਾਲਿਕ ਕੇ ਵੀ ਬਾਅਦ ਮੇ ਦੇਖਾ ਤੋ ਅੰਦਰ ਆਏ ਮਾਲਿਕ ਉਨਕੇ ਵੀ ਖਾਲੀ ਲੋਹ ਲੋ ਪੂਰਾ ਲੋਹ ਪੜਾ ਥਾ ਹਾਂ ਕੱਪੜੇ ਸਾਰੇ ਮੇਰੇ ਮਾਲਿਕ ਕੇ ਸਰ ਮੈਂ ਤੋ ਯਾਂ ਪੂਰਾ ਉਨਕਾ ਜੋ ਬਨਿਆਨ ਅਗਲਾ ਇਹ ਸਰ ਪੜਾ ਹੁਆ ਥਾ ਪੂਰਾ ਲੋਹ ਪੂਰਾ ਬਨਿਆਨ ਉਹ ਅਭੀ ਮੈਂ ਰੱਖਾ ਹੋਇਆ ਬਨਿਆਨ ਸੇ ਮਾਲਿਕ ਰੱਖਾ ਹੋਇਆ ਉਹ ਤਿਆਰ ਹੈ ਹਾਂ ਬਨਿਆਨ ਹਾਂਜੀ ਹਥਿਆਰ ਸਾਹਿਬ ਮੇਰੇ ਕੋ ਨਾਮ ਨੂੰ ਨਹੀਂ ਪਤਾ ਪਤਾ ਨਹੀਂ ਕਿਆ ਥਾ ਉਨਕੇ ਬਸ ਨਾਮ ਮੇਰੇ ਕੋ ਨਹੀਂ ਪਤਾ ਦੋ ਤਿੰਨ ਥੇ ਉਨਕੇ ਕਿਆ ਥੇ ਨਾਮ ਪਤਾ ਨਹੀਂ ਮੇਰੇ ਕੋ ਉਹ ਕਿਆ ਥਾ ਦੋ ਤਿੰਨ ਥੇ ਉਨਕੇ ਪਾਸ ਕਾਰਨ ਕੀ ਹੈ ਝਗੜਾ ਜਿਹੜਾ ਉਹਨਾਂ ਨੇ ਤੁਹਾਡੇ ਝਗੜਾ ਸਰ ਮੇਰੇ ਸਹੀ ਹੋਇਆ ਮੇਰੇ ਕੋ ਬਚਾਨੇ ਮਾਲਿਕ ਆਏ ਮਾਲਿਕ ਫਿਰ ਉਹਨਾਂ ਨੇ ਮਾਲਿਕ ਉੱਪਰ ਹਮਲਾ ਕੀਆ ਨਹੀਂ ਜੋ ਬੋਲ ਰਹੇ ਨੇ ਬਾਰ ਬਾਰ ਕਰ ਰਹੇ ਤੇ ਰੈਸਟੋਰੈਂਟ ਖਾਲੀ ਪਤਾ ਨਹੀਂ ਸਰ ਕਿਆ ਖਾਲੀ ਕਰਨੇ ਕਰੇ ਤੇ ਰੈਸਟੋਰੈਂਟ ਨੇ ਖਾਲੀ ਕਰਨੇ ਕਰੇ ਤੇ ਕਿਆ ਕਰੇ ਤੇ ਪਹਿਲੇ ਉਹਨਾਂ ਨੇ ਸੈਂਪਲ ਬਾਤ ਕੀ ਫਿਰ ਉਹ ਖਾਲੀ ਕਰਨੇ ਕੇ ਬਾਅਦ ਫਿਰ ਮੇਰੇ ਸੇ ਗਾਲੀ ਗਲੋਚ ਕੀ ਤਾਂ ਕਿਆ ਡਿਮਾਂਡ ਕਿਆ ਕਰਤੇ ਹੋ ਉਹ ਮੈਨੂੰ ਕੀ ਪਤਾ ਸਰ ਕਿਆ ਮੰਗ ਕਿਆ ਕਰਦੇ ਹੋ ਸਰ ਮੈਂ ਤਾਂ ਮੈਂ ਇਹ ਕਰਤਾ ਹੂੰ ਐਸੇ ਮਤਲਬ ਰੋਜ਼ ਆਤੇ ਹੈ ਇਹ ਚੋਰ ਉਸਕੇ ਜੋ ਹੈ ਡਾਕੂ ਇਨਕੋ ਪੁਲਿਸ ਕਿਆ ਕਰ ਰਹੀ ਹੈ ਕਿਆ ਕਰਦੇ ਪੁਲਿਸ ਪਕੜੀ ਲੈ ਜਾਤੀ ਛੋੜ ਦਿਆ ਫਿਰ ਉਹਨਾਂ ਨੇ ਹਾਂ ਪੁਲਿਸ ਨੇ ਕਿਉਂ ਛੋੜ ਦਿਆ ਮੇਰਾ ਬਿਆਨ ਲੈ ਜਾਤੀ ਕਮ ਸੇ ਮੇਰਾ ਤਾਂ ਬਿਆਨ ਲੈ ਜਾਤੀ ਅਬ ਮੈਂ ਇਹ ਚਾਹਤਾ ਹੂੰ ਪੁਲਿਸ ਕੋ ਉਹ ਮੇਰਾ ਸਾਰਾ ਕੁਛ ਲੁੱਟ ਕੇ ਲੈ ਗਿਆ ਮੁੰਜੇ ਛੋਟ ਮੇਰੇ ਮਾਲਿਕ ਕੋ ਛੋਟ ਮਾਰ ਕੇ ਗਏ ਹਾਂ ਪੁਲਿਸ ਪਕੜਾ ਉਹ ਛੋੜ ਦਿਆ ਲੈ ਗਿਆ ਫਿਰ ਲੇਟ ਲੁੱਟ ਕੇ ਲੈ ਗਿਆ ਜੋ ਆਪਣੀ ਹੱਥੀ ਹਾਂ ਕਿਉਂ ਉਹਨਾਂ ਨੇ ਛੋੜ ਦਿਆ ਪੁਲਿਸ ਮੈਂ ਸੋਚਦਾ ਪੁਲਿਸ ਪਕੜੇਗੀ ਸ਼ਾਇਦ ਬਾਹਰ ਬਿਆਨ ਲੈ ਮੈਨੂੰ ਲੱਗਦਾ ਛੋੜ ਦਿਆ ਨਹੀਂ ਤਾਂ ਮੇਰਾ ਬਿਆਨ ਲੈਣੇ ਅਬ ਤੱਕ ਕਿਉਂ ਨਹੀਂ ਆਈ ਆਹ ਤਿੰਨ ਚਾਰ ਦਿਨ ਹੋ ਗਏ ਪੁਲਿਸ ਕਿਉਂ ਨਹੀਂ ਆਈ ਮੈਂ ਕਹਾਂ ਜਾਓ ਮੇਰੇ ਮੈਂ ਤਾਂ ਅਕੇਲਾ ਬੰਦਾ ਹੋਇਆ ਇਹ ਸਾਰਾ ਰਿਸ਼ਤ ਬੰਦਾ ਹੋ ਪੜਾਏ ਹਾਂਜੀ ਭਾਈ ਆਪਣਾ ਨਾਮ ਦੱਸ ਇਹ ਸਹੀ ਸਕੱਤਰ ਸਿੰਘ ਜੀ ਤੇ ਕੀ ਜੇ ਮਸਲਾ ਸਾਰਾ ਜਿਹੜਾ ਹਾਈਡ ਆਊਟ ਰੈਸਟੋਰੈਂਟ 'ਚ ਰਾਤ ਨੂੰ ਹਮਲਾ ਆਇਆ ਇਹ ਜੀ ਇਨਫੋਰਮੇਸ਼ਨ ਮਿਲੀ ਸੀ ਕਿ ਸਾਡੇ ਇਲਾਕੇ ਦੇ ਵਿੱਚ ਨਾ ਇੱਕ ਹਾਈਡ ਆਊਟ ਰੈਸਟੋਰੈਂਟ ਹੈਗਾ ਕਿ ਉੱਥੇ ਇੱਕ ਮੋਟਰਸਾਈਕਲ ਅਤੇ ਇੱਕ ਗੱਡੀ 'ਤੇ ਚਾਰ ਪੰਜ ਵਿਅਕਤੀ ਜਿਹੜੇ ਸਵਾਰ ਹੋ ਕੇ ਆਏ ਨੇ ਕਰੀਬ 12 ਵਜੇ ਰਾਤ ਆਏ ਨੇ ਅਤੇ ਉਹਨਾਂ ਨੇ ਆਣ ਕੇ ਪਹਿਲਾਂ ਨੌਕਰ ਨੂੰ ਨਾਲ ਮਾੜਾ ਚੰਗਾ ਬੋਲਿਆ ਅਤੇ ਫਿਰ ਉਹਦੇ ਮਾਲਕ ਜਿਹੜਾ ਸਤਿੰਦਰਵੀਰ ਸਿੰਘ ਆ ਉਹਦੇ ਨਾਲ ਵੱਧ ਘੱਟ ਬੋਲਿਆ ਅਤੇ ਜਦੋਂ ਆਪਸ ਵਿੱਚ ਇਹਨਾਂ ਦੀ ਝੜਪ ਹੋਈ ਅਤੇ ਫਿਰ ਇਹਦੇ ਵਿੱਚ ਨੌਕਰ ਨੂੰ ਅਤੇ ਸਤਿੰਦਰਵੀਰ ਨੂੰ ਜਿਹੜੀਆਂ ਸੱਟਾਂ ਲੱਗੀਆਂ ਕੀ ਪਤਾ ਲੱਗਾ ਸੀ ਕਿ ਕਾਰਨ ਕੀ ਸੀ ਝਗੜੇ ਦਾ ਜੀ ਵਜ੍ਹਾ ਰੰਜਿਸ਼ ਉਹ ਅੰਦਰ ਹੀ ਆਏ ਨੇ ਵੀ ਖਾਣ ਪੀਣ ਵਾਸਤੇ ਬੈਠਣ ਵਾਸਤੇ ਪਰ ਟਾਈਮ ਜ਼ਿਆਦਾ ਹੋਣ ਕਰਕੇ ਉਹਨਾਂ ਨੇ ਕਿਹਾ ਵੀ ਹੁਣ ਬੰਦ ਕਰ ਚੁੱਕੇ ਜੀ ਅਸੀਂ 10 ਵਜੇ ਬੰਦ ਕਰ ਚੁੱਕੇ ਹਾਂ ਅਤੇ ਜਿਹੜਾ ਸਤਿੰਦਰਵੀਰ ਹੈ ਇਹ ਦਾਖਲ ਹੀ ਇਹਨਾਂ ਦੀ MLR ਨਹੀਂ ਆਈ ਅਜੇ ਅਤੇ ਜਦੋਂ ਵੀ MLR ਮਿਲ ਗਈ ਉਸ ਤੋਂ ਬਾਅਦ ਜੋ ਵੀ ਕਾਰਵਾਈ ਹੋਊਗੀ ਕੀਤੀ ਜਾਵੇ ਹਾਂ ਉਹਨਾਂ ਨੇ ਦੱਸਿਆ ਕੰਪਲੇਂਟ ਕੀਤੀ ਵੀ ਮਤਲਬ ਉਹਦੇ ਵਿੱਚ ਸਾਡੇ ਕੋਲ ਕੈਸ਼ ਹੀ ਕਰੀਬ 50,000 ਰੁਪਇਆ ਕੈਸ਼ ਵੀ ਹੈਗਾ ਇਹ
ਪਰ ਜਦੋਂ ਐਮ ਐਲ ਆਰ ਆਉਣ 'ਤੇ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊ। ਨਹੀਂ ਲੁੱਟ ਨਹੀਂ ਕਿਹਾ ਜਾ ਸਕਦਾ, ਇਹ ਤਾਂ ਮਤਲਬ ਇੱਕ ਦੁਕਾਨ ਆ ਰੈਸਟੋਰੈਂਟ ਬਣਿਆ ਜਿੱਥੇ ਕੋਈ ਵੀ ਆ ਸਕਦਾ। ਮਤਲਬ ਲੇਟ ਕਰਕੇ ਜਿਹੜੇ 12 ਵਜੇ ਦੇ ਕਰੀਬ ਆਏ ਨੇ ਅਤੇ ਉਦੋਂ ਇਹਨਾਂ ਨੇ ਵੱਧ ਘੱਟ ਇੱਕ ਦੂਜੇ ਨੂੰ ਬੋਲਿਆ। ਸੀ ਸੀ ਟੀ ਵੀ ਫੁਟੇਜ ਸਾਡੇ ਕੋਲ ਨਹੀਂ ਹੈਗੇ ਜੀ, ਪਰ ਇਹਨਾਂ ਨੇ ਰਿਕਾਰਡ ਕੀਤੀ ਹੈ, ਲਈ ਇਹਨਾਂ ਦੇ ਸੀ ਸੀ ਟੀ ਵੀ ਕੈਮਰਿਆਂ ਦੇ ਵਿੱਚ ਆਏ ਨੇ। ਐਮ ਐਲ ਆਰ ਆਉਣ 'ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।